काम च कोई शर्म नहीं होनी चाहिए है, जिदा भी है करना चाहिए वा। बाने नूं ते वेख के सारे अट्रैक्ट होंदे ही आ, सानूं नहीं अट्रैक्ट होंदे, देख के बाने अट्रैक्ट होंदे आ वेख के। जिहड़ा उह काम करदा पिया होएगा, साफ सुथरा करदा पिया होएगा, पा के फिर लग पिया। अजकल ते फैशन भी हो गया, एक ते ट्रेंड हो गया बाना, एक ट्रेंड है, एक गुरसिक्खी आ। फिर मैं सोचा भी कोई अपना काम किया जाए जिहदे विच सानूं समां मिल सके, भी नाल असीं जिहड़ा असीं काम भी कर सकीए ते नाल असीं धर्म नूं भी कमा सकीए। इस करके मैनूं आह काम सी वधिया लगा सी, इहदे विच सानूं टाइम मिलदा सी। ਹਾਂਜੀ ਵੀਰ ਜੀ, ਮੈਨੂੰ ਲਗਭਗ 1.5 ਸਾਲ ਹੋ ਗਿਆ, 1.5 ਤੋਂ ਹੁਣ ਉੱਪਰ ਉਹ ਚੱਲਿਆ 3-4 ਮਹੀਨੇ। ਤਾਂ ਮੈਂ ਪਹਿਲੇ ਵੀ ਦੱਸਿਆ ਹੋਇਆ ਵੀ ਨੌਕਰੀ ਕਰਕੇ ਮੈਂ ਨੌਕਰੀ ਨਹੀਂ ਸੀ ਕੀਤੀ, ਮੈਂ ਨੌਕਰੀ ਮਤਲਬ ਕਰਦਾ ਰਿਹਾ ਸੀ ਪਰ ਮੇਰਾ ਨੌਕਰੀ ਕਰਨ ਦਾ ਮਨ ਨਹੀਂ ਸੀ ਕਰਦਾ ਕਿਹਦੇ ਥੱਲੇ, ਇਸ ਕਰਕੇ ਮੈਂ ਨੌਕਰੀ ਛੱਡ ਕੇ ਤਾਂ ਆਪਣਾ ਕੰਮ ਸ਼ੁਰੂ ਕੀਤਾ ਸੀ। ਫਾਸਟ ਫੂਡ ਦਾ ਦੇਖੋ ਜੀ, ਮਤਲਬ ਮੈਂ ਚਾਹੁੰਦਾ ਸੀ ਵੀ ਆਪਣਾ ਕੰਮ ਕੀਤਾ ਜਾਏ, ਇਸ ਕਰਕੇ ਮੇਰੇ ਧਿਆਨ ਵਿੱਚ ਉਦੋਂ ਯਕਦਮ ਹੀ ਮੈਂ ਆਇਆ ਸੀ, ਮੈਂ ਫ੍ਰੀ ਸੀ, ਮਤਲਬ 5 ਮਹੀਨੇ ਹੋ ਗਏ ਲੋਕਡਾਊਨ 'ਚ ਫ੍ਰੀ ਬੈਠੇ ਸੀ। ਅਤੇ ਹੋਰ ਮੈਂ ਕਾਫੀ ਕੋਸ਼ਿਸ਼ ਕੀਤੀ, ਮੈਂ ਪਹਿਲੇ ਡਰਾਈਵਿੰਗ ਬਾਰੇ ਵੀ ਦੱਸਿਆ ਵੀ ਮੈਂ ਉੱਥੋਂ ਆ ਕੇ ਇੱਥੇ ਆ ਗਏ, ਡਰਾਈਵਿੰਗ ਵੀ ਕੀਤੀ ਅਤੇ ਪਰ ਮੈਨੂੰ ਲੱਗਾ ਵੀ ਉਹਦੇ ਵਿੱਚ ਥੋੜ੍ਹਾ ਜਿਹਾ ਨਾ ਔਖਾ ਸੀ, ਮਤਲਬ 24-24 ਘੰਟੇ ਚੱਲਣਾ ਪੈਂਦਾ ਸੀ, 36-36 ਘੰਟੇ ਵੀ ਚੱਲਣਾ ਪੈਂਦਾ ਸੀ, 2-2 ਦਿਨ ਵੀ ਚੱਲਣਾ ਪੈਂਦਾ ਸੀ, ਅਤੇ ਫਿਰ ਉਹ ਜ਼ਿਆਦਾ ਮਤਲਬ ਅਸੀਂ ਫਸ ਜਾਣਾ ਸੀ, ਅਤੇ ਫਿਰ ਇਸ ਕਰਕੇ ਮੈਂ ਉਹਨੂੰ ਵੀ ਛੱਡ ਦਿੱਤਾ। ਫਿਰ ਮੈਂ ਸੋਚਿਆ ਵੀ ਕੋਈ ਆਪਣਾ ਕੰਮ ਕੀਤਾ ਜਾਏ ਜਿਹਦੇ ਵਿੱਚ ਸਾਨੂੰ ਸਮਾਂ ਮਿਲ ਸਕੇ, ਵੀ ਨਾਲ ਅਸੀਂ ਜਿਹੜਾ ਅਸੀਂ ਕੰਮ ਵੀ ਕਰ ਸਕੀਏ ਅਤੇ ਨਾਲ ਅਸੀਂ ਧਰਮ ਨੂੰ ਵੀ ਕਮਾ ਸਕੀਏ। ਇਸ ਕਰਕੇ ਮੈਨੂੰ ਆਹ ਕੰਮ ਸੀ ਵਧੀਆ ਲੱਗਾ ਸੀ, ਇਹਦੇ ਵਿੱਚ ਸਾਨੂੰ ਟਾਈਮ ਮਿਲਦਾ ਸੀ, ਇਸ ਕਰਕੇ ਮੈਂ ਕਿਹਾ ਵੀ ਚਲੋ ਆਹ ਆਪਣਾ ਕੰਮ ਕਰਦੇ। ਨਹੀਂ, ਕੰਮ ਦੇ ਵਿੱਚ ਤਾਂ ਮਤਲਬ ਵੀ ਬਹੁਤ ਜ਼ਿਆਦਾ ਸੰਯੋਗ ਰਿਹਾ, ਪਹਿਲੇ ਦਿਨ ਤੋਂ ਹੀ ਮਤਲਬ ਵੀ ਮੇਰੇ ਕੋਲ ਇੰਨਾ ਕੰਮ ਹੁੰਦਾ ਨਹੀਂ, ਮੈਂ ਮਤਲਬ ਸਿੱਧੀ ਗੱਲ ਕਹਾਂ ਵੀ ਸਾਰਾ ਕੰਮ ਮਤਲਬ ਮੇਰੇ ਮਿਸਿਜ ਹੀ ਕਰਦੇ ਨੇ, ਮਤਲਬ ਮੈਂ ਜਿੰਨਾ ਕਰ ਸਕਦਾ ਮੇਰੇ ਕੋਲ ਉਨਾ ਕੁ ਹੁੰਦਾ, ਬਾਕੀ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਸਾਰਾ ਕੰਮ ਇਹੀ ਕਰਦੇ ਨੇ, ਬਾਕੀ ਘਰਦੇ ਵੀ ਕਰ ਦਿੰਦੇ ਨਾਲ ਲੱਗ ਕੇ ਸਾਰੇ ਕੰਮ, ਤਾਂ ਮਤਲਬ ਪੂਰੀ ਸਪੋਰਟ ਕਰਦੇ ਨੇ ਸਾਡੀ। ਨੌਜਵਾਨੀ ਨੂੰ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਭਾਈ ਧਰਮ ਨਾਲ ਜੁੜੋ, ਸੱਚ ਨਾਲ ਜੁੜੋ, ਸੱਚ ਦਾ ਜੀਵਨ ਬਣਾਓ, ਫਿਰ ਅਕਾਲ ਪੁਰਖ ਨੇ ਤੁਹਾਨੂੰ ਆਪੇ ਸੋਝੀ ਪਾ ਦੇਣੀ ਆ ਵੀ ਅਸੀਂ ਕਿੱਥੇ ਰਹਿਣਾ ਕਿੱਥੇ ਨਹੀਂ ਰਹਿਣਾ, ਹੈ ਨਾ। ਜੇ ਅਸੀਂ ਬਾਹਰ ਵੀ ਜਾਂਦੇ ਹਾਂ ਤਾਂ ਦੇਖੋ ਅਸੀਂ ਜਾਂਦੇ ਤਾਂ ਮਤਲਬ ਵੀ ਮਾਇਆ ਵਾਸਤੇ ਹੀ ਆ ਨਾ, ਹੁਣ ਮੰਨ ਲਓ ਵੀ ਆ ਮਾਇਆ ਵਾਸਤੇ ਅਸੀਂ ਜਾਂਦੇ ਹਾਂ, ਹੁਣ ਬਾਹਰ ਦੇਖੋ ਦੁਬਧਾ ਇੰਨੀ ਹੋ ਚੁੱਕੀ ਅੱਜ ਕੱਲ੍ਹ ਹਰ ਇੱਕ ਇਨਸਾਨ ਵਿੱਚ, ਕਿਉਂਕਿ ਇਨਸਾਨ ਧਰਮ ਤੋਂ ਹੀਣ ਹੋ ਚੁੱਕਿਆ ਵਾ, ਉਹਦੇ ਅੰਦਰ ਸੱਚ ਨਹੀਂ ਰਹਿ ਗਿਆ, ਤਾਂ ਸੱਚ ਨਾ ਹੋਣ ਕਰਕੇ ਲੜਾਈਆਂ ਝਗੜੇ ਵੱਧ ਰਹੇ ਨੇ। ਆਹ ਦੇਖਦੇ ਹਾਂ ਅਸੀਂ ਦੇਸ਼ਾਂ 'ਚ ਐਡੀਆਂ ਐਡੀਆਂ ਵੱਡੀਆਂ ਜੰਗਾਂ ਲੱਗੀਆਂ ਹੋਈਆਂ, ਕਾਹਦੇ ਵਾਸਤੇ ਲੱਗੀਆਂ ਹੋਈਆਂ। ਮੇਰਾ ਕਹਿਣਾ ਇਹੀ ਆ ਵੀ ਆਪਣੇ ਇੱਥੇ ਰਹੋ ਤੁਸੀਂ, ਅਤੇ ਬਾਕੀ ਤੁਹਾਡੀ ਲੋੜ ਆ ਤੁਸੀਂ ਰਹਿ ਵੀ ਸਕਦੇ ਹੋ, ਬਾਕੀ ਮੈਂ ਕਹਿੰਦਾ ਵੀ ਤੁਸੀਂ ਗੁਰਸਿੱਖੀ ਨਾਲ ਜੁੜੋ ਅਤੇ ਤੁਹਾਨੂੰ ਆਪ ਹੀ ਮਾਲਕ ਕਿਰਪਾ ਕਰ ਸਕਦੇ। ਨਹੀਂ, ਆਪਣੇ ਕੰਮ 'ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਆ, ਜਿੱਦਾਂ ਵੀ ਇਹ ਕਰਨਾ ਚਾਹੀਦਾ ਵਾ, ਵਧੀਆ ਵਾ ਕੰਮ ਕਰਨਾ, ਜਿਹਦਾ ਤੁਹਾਨੂੰ ਪਹਿਲੇ ਵੀ ਕਿਹਾ ਕਿ ਜਿਹਦਾ ਜਿਹਦੇ ਵਿੱਚ ਧਿਆਨ ਆ, ਕੋਈ ਜਿਹੜਾ ਕੰਮ ਉਹਨੂੰ ਵਧੀਆ ਲੱਗਦਾ ਪਿਆ ਉਹਨੂੰ ਕਰ ਲੈਣਾ ਚਾਹੀਦਾ ਵਾ, ਸ਼ਰਮ ਨਹੀਂ ਕਰਨੀ ਚਾਹੀਦੀ ਕਿਸੇ ਵੀ ਚੀਜ਼ 'ਚ। ਅੱਜ ਕੱਲ੍ਹ ਤਾਂ ਲੋਕ ਸਾਰੇ ਬੋਲਦੇ ਹੁੰਦੇ, ਜਦੋਂ ਵੀ ਅਸੀਂ ਕੋਈ ਵੀ ਕੰਮ ਚਾਲੂ ਕਰਾਂਗੇ ਨਾ, ਸਾਰਿਆਂ ਨੇ ਬੜਾ ਕੁਛ ਕਹਿਣਾ ਵਾ, ਬਾਅਦ ਵਿੱਚ ਉਹਨਾਂ ਨੇ ਹੀ ਤੁਹਾਨੂੰ ਆ ਕੇ ਸਪੋਰਟ ਕਰਨੀ ਆ ਕਿ ਹਾਂ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਏ ਹੋ, ਤੁਹਾਡੇ ਵਰਗਾ ਕੰਮ ਕਦੇ ਅਸੀਂ ਕਿਸੇ ਨੂੰ ਵੇਖਿਆ ਨਹੀਂ ਕਰਦੇ ਹੋਏ। ਬਾਣੇ ਨੂੰ ਤਾਂ ਵੇਖ ਕੇ ਸਾਰੇ ਅਟਰੈਕਟ ਹੁੰਦੇ ਹੀ ਆ, ਸਾਨੂੰ ਨਹੀਂ ਅਟਰੈਕਟ ਹੁੰਦੇ, ਦੇਖ ਕੇ ਬਾਣੇ ਅਟਰੈਕਟ ਹੁੰਦੇ ਆ ਵੇਖ ਕੇ ਕਿ ਹਾਂ ਵੀ ਵਧੀਆ, ਅੱਗੇ ਜਾਂ ਖਲੋਤੇ ਦਾ ਬੰਦਾ ਵਧੀਆ ਲੱਗਦਾ ਪਿਆ ਵਾ, ਜਿਹੜਾ ਉਹ ਕੰਮ ਕਰਦਾ ਪਿਆ ਹੋਏਗਾ, ਸਾਫ਼ ਸੁਥਰਾ ਕਰਦਾ ਪਿਆ ਹੋਏਗਾ। ਅਤੇ ਬਾਣੇ ਇੱਕ ਤਾਂ ਬਾਣਾ ਹੁੰਦਾ ਵਾ ਕਿ ਅਸੀਂ ਆਪਣੀ ਲੋੜ ਵਾਸਤੇ ਪਾ ਲੈਂਦੇ ਹਾਂ, ਕਈ ਤਾਂ ਐਵੇਂ ਪਾ ਕੇ ਫਿਰ ਲੱਗ ਪਿਆ, ਅੱਜ ਕੱਲ੍ਹ ਤਾਂ ਫੈਸ਼ਨ ਵੀ ਹੋ ਗਿਆ, ਇੱਕ ਤਾਂ ਟਰੈਂਡ ਹੋ ਗਿਆ ਬਾਣਾ, ਇੱਕ ਟਰੈਂਡ ਆ, ਇੱਕ ਗੁਰਸਿੱਖੀ ਆ, ਹੁਣ ਅਗਲੇ ਤਾਂ ਆ, ਹੁਣ ਉਹਨੇ ਕਿਹੜੇ ਹਿਸਾਬ ਨਾਲ ਬਾਣਾ ਪਾਏਦਾ ਵਾ, ਅਸੀਂ ਆਪਣੀ ਸਾਡੀ ਆਪਣੀ ਸੋਚ ਆ, ਅਗਲੇ ਦੀ ਆਪਣੀ ਸੋਚ ਆ। ਸਾਡੇ ਇੱਥੇ ਮੋਮੋਸ ਹੁੰਦੇ ਨੇ, ਸਪਰਿੰਗ ਰੋਲ ਹੁੰਦੇ ਆ, ਚਾਂਪ ਹੁੰਦੇ ਆ, ਸਵੀਟ ਕੋਰਨ ਹੁੰਦੇ ਆ, ਅਤੇ ਮੋਮੋਸ ਵੈੱਜ ਪਨੀਰ ਦੋਨੋਂ ਆਈਟਮ ਹੁੰਦੀਆਂ ਵਾ। ਪਹਿਲਾਂ ਕਿੱਥੇ ਕੰਮ ਕਰਦੇ ਰਹੇ, ਹੁਣ ਕਿੱਥੇ ਕੰਮ ਕਰਦੇ, ਕਿਹੜਾ ਏਰੀਆ ਹੈਗਾ? ਇਹ ਹਨੂੰਮਾਨ ਚੌਂਕ ਏਰੀਆ ਵਾ, SBI ਬੈਂਕ ਦੇ ਸਾਹਮਣੇ, ਅਤੇ ਪਹਿਲੇ ਅਸੀਂ ਤਿਬੜੀ ਰੋਡ 'ਤੇ ਕਰਦੇ ਰਹੇ, ਫਾਟਕ ਲਾ ਕੇ ਕੰਮ ਕਰਦੇ ਹੁੰਦੇ ਸੀ ਪਹਿਲੇ।
इतने वधिया सानू इतने डेढ़ महीना हो गया सानू इतने वधिया रिस्पोंस मिलता पिया वा कम करदे।